हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਇੱਕ ਨੰਬਰ ਪੇਪਰ ਦੇ ਆਪਾਂ 15 ਸਵਾਲ ਕਰ ਲਏ 16 ਨੰਬਰ ਸਵਾਲ ਤੇ ਆ ਗਏ 1 ਘੰਟੇ ਦਾ 25% ਕਿੰਨਾ ਹੋਵੇਗਾ ਤਾਂ ਬੇਟਾ ਇਹਦੇ ਚ ਆਪਾਂ ਉੱਤਰ ਦੇਖ ਕੇ ਉਸ ਹਿਸਾਬ ਨਾਲ ਆਨਸਰ ਕੱਢਾਂਗੇ ਕਿਉਂਕਿ ਬੇਟਾ ਇਹਦੇ ਜਦੋਂ ਉੱਤਰ ਦੇਖਦੇ ਤਾਂ ਉੱਤਰ ਮਿੰਟਾਂ ਦੇ ਵਿੱਚ ਦਿੰਦਾ ਪਿਆ ਠੀਕ ਹੈ ਤਾਂ ਜੇਕਰ ਮਿੰਟਾਂ ਦੇ ਵਿੱਚ ਦਿੰਦਾ ਪਿਆ ਅਸੀਂ ਘੰਟੇ ਦੇ ਮਿੰਟ ਬਣਾ ਲਵਾਂਗੇ 1 ਘੰਟੇ ਚ ਕਿੰਨੇ ਹੁੰਦੇ ਆ 60 ਮਿੰਟ 60 ਦਾ 25% ਠੀਕ ਹੈ ਬੇਟਾ ਦਾ 60 25 100 25 1 25 25 ਚੋਕਾ 100 4 ਤੇ ਕੱਟੇ ਜਾਣਗੇ 15 ਤਾਂ ਬਰਾਬਰੇ 15 ਮਿੰਟ 15 ਮਿੰਟ ਆ ਜਿਹੜੇ ਉਹ ਉੱਤਰ ਆ ਜੂਗਾ ਸਾਡੇ ਕੋਲੇ 15 ਮਿੰਟ ਤਾਂ ਬੇਟਾ ਆਪਾਂ ਅਲਟਰਨੇਟਿਵ ਦੇਖਦੇ ਹਾਂ ਆ ਬੇਟਾ 4 ਨੰਬਰ ਤੇ 15 ਮਿੰਟ ਆ ਜਿਹੜਾ ਉੱਤਰ ਦਿੰਦਾ ਪਿਆ ਹੈ ਤੁਸੀਂ ਕਹੋਗੇ ਬੇਟਾ ਨਿਸ਼ਾਨੀ ਲੱਗੀ ਹੈ ਇਹ ਵੀਡੀਓ ਬੇਟਾ ਮੈਂ ਦੂਜੀ ਵਾਰੀ ਬਣਾ ਰਿਹਾ ਕਿਉਂਕਿ ਪਤਾ ਨਹੀਂ ਪਹਿਲੀ ਵਾਰੀ ਕਿਵੇਂ ਡਿਲੀਟ ਹੋ ਗਈ ਤੋ ਬੇਟਾ ਆ 15 ਮਿੰਟਾ ਜਿਹੜਾ ਇਹਦਾ ਉੱਤਰ ਆ ਗਿਆ ਹੁਣ ਬੇਟਾ ਆਪਾਂ ਸਵਾਲ ਨੰਬਰ 17 ਦੇ ਉੱਤੇ ਆ ਗਏ ਸਵਾਲ ਨੰਬਰ 17 ਦੇ ਵਿੱਚ ਧਿਆਨ ਨਾਲ ਦੇਖੋ ਤੁਸੀਂ ਕੀ ਕਹਿੰਦਾ ਪਿਆ ਕਹਿੰਦਾ 20508 ਸੈਂਟੀਮੀਟਰ ਦਾ ਮਾਣ ਹੋਵੇਗਾ ਇੱਥੋਂ ਵੀ ਬੇਟਾ ਅਸੀਂ ਉੱਤਰ ਦੇਖਨੇ ਆ ਤਾਂ ਇਹ ਮੀਟਰਾਂ 'ਚ ਬਦਲਦਾ ਪਿਆ ਠੀਕ ਆ ਉੱਤਰ ਦੇਖਦੇ ਆ ਤਾਂ ਅਸੀਂ 20508 ਤਾਨੂੰ ਪਤਾ ਹੋਣਾ ਚਾਹੀਦਾ ਵੀ 1 ਮੀਟਰ ਦੇ ਵਿੱਚ 100 ਸੈਂਟੀਮੀਟਰ ਹੁੰਦੇ ਆ ਜਦੋਂ ਅਸੀਂ 100 ਦੇ ਨਾਲ ਇਹਨੂੰ ਭਾਗ ਕਰ ਦਵਾਂਗੇ ਤਾਂ ਇਹ ਮੀਟਰ ਬਣ ਜਾਣਗੇ ਤਾਂ ਆ ਡੈਸੀਮਲ ਕਿਤੇ ਨਾ ਹੋਵੇ ਇੱਥੇ ਗਣਦੇ ਆਪਾਂ ਬਹੁਤ ਵਾਰੀ ਗੱਲ ਕਰ ਚੁੱਕੇ ਆ ਤੇ ਜਦੋਂ ਏਕੇ ਨਾਲ ਜਿੰਨੀਆਂ ਬਿੰਦੀਆਂ ਥੱਲੇ ਭਾਗ ਹੋਵੇ ਡੈਸੀਮਲ ਉੰਨੇ ਹੱਥ ਖੱਬੇ ਹੱਥ ਚਲਾ ਜਾਂਦਾ ਜਦੋਂ ਗੁਣਾ ਹੋਵੇ ਤਾਂ ਡੈਸੀਮਲ ਸੱਜੇ ਹੱਥ ਚੱਲਦਾ 1 ਤੇ 2 ਦੂ ਹੱਥ ਇਧਰ ਨੂੰ ਚਲ ਜੂ ਡੈਸੀਮਲ ਇੱਥੇ ਆ ਜੂ ਤਾਂ ਇਹ ਬਣ ਗਿਆ 205.08 ਮੀਟਰ ਉੱਤਰ ਆ ਗਿਆ ਸਾਡੇ ਕੋਲੇ ਠੀਕ ਹੈ ਬੇਟਾ ਆਪਾਂ ਆਲਟਰਨੇਟਿਵ ਦੇਖਦੇ ਹਾਂ ਤਾਂ ਆ 205.08 ਮੀਟਰ ਨੂੰ ਐ ਦੇ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 18 ਕਹਿੰਦਾ 1/25 ਵਿੱਚ ਕਿੰਨਾ ਜੋੜਨ ਨਾਲ ਇਹ ਸੰਖਿਆ ਜਿਹੜੀ 2 ਹੋ ਜਾਵੇਗੀ ਤਾਂ ਮੰਨੋ x ਅਸੀਂ x ਜੋੜਦੇ ਹਾਂ ਠੀਕ ਹੈ एक्स जोड़न मान लो एक्स जोड़न ये संख्या जोड़ा एक्स की कीमत क्ड लवेंगे एक बटा पच्ची ये आजगा एक बटा पच्ची जमा एक्स बराबरे दो ठीक है एक बटा पच्ची ने उधर चले जाना ठीक है बेटा तो एक बटा पच्ची जो उधर चले जाएंगे एक घटाओ बदल जाएंगे क्योंकि इधर जमां तो एक्स बराबरे दो घटाऊ एक बटा 25 25 2 50 1 49 25 ਉੱਤਰ ਆ ਗਿਆ ਆਪਾਂ ਆਲਟਰਨੇਟਿਵ ਆਨਸਰ ਦੇਖਦੇ ਹਾਂ ਤਾਂ 1 ਨੰਬਰ ਤੇ ਹੀ ਬੇਟਾ 49 25 ਆ ਜਿਹੜਾ ਉਹ ਉੱਤਰ ਦਿੰਦਾ ਪਿਆ ਹੈ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ 49 25 ਨੂੰ ਅੱਗੇ ਆ ਗਿਆ ਬੇਟਾ ਸਵਾਲ ਨੰਬਰ 19 ਕੀ ਕਹਿੰਦਾ ਹੈ ਤਾਂ ਕਹਿੰਦਾ ਹੈ ਨੰਬਰ 19 ਤਾਂ ਸਵਾਲ ਨੰਬਰ 19 ਦੇ ਵਿੱਚ ਕੀ ਕਹਿੰਦਾ ਪਿਆ ਹੈ ਹੇਠਾਂ ਵਿੱਚੋਂ ਕਿਹੜੀ ਸੰਖਿਆ 1.01 ਦੇ ਤੁਲ ਹੈ ਤਾਂ ਬੇਟਾ ਅਸੀਂ ਦੇਖਦੇ ਪ੍ਰਤੀਸ਼ਤ ਚੁੱਤਰ ਦਿੰਦਾ ਪਿਆ ਅਸੀਂ ਪ੍ਰਤੀਸ਼ਤ ਦੇ ਵਿੱਚ ਬਦਲਣਾ ਹੈ ਤਾਂ ਜਦੋਂ ਕਿਸੇ ਵੀ ਨੰਬਰ ਨੂੰ ਅਸੀਂ ਪ੍ਰਤੀਸ਼ਤ ਦੇ ਵਿੱਚ ਬਦਲਣਾ ਹੁੰਦਾ ਉਹਨੂੰ 100 ਦੇ ਨਾਲ ਗੁਣਾ ਕਰ ਦਿੰਨੇ ਆ ਜਦੋਂ ਬੇਟਾ ਆ ਹੁਣ ਡੈਸੀਮਲ ਆ ਜਦੋਂ ਡੈਸੀਮਲ ਵਾਲੀ ਰਕਮ ਨੂੰ 100 ਨਾਲ ਗੁਣਾ ਕੀਤੀ ਜਾਂਦੀ ਤਾਂ ਜਦੋਂ ਗੁਣਾ ਕੀਤੀ ਜਾਂਦੀ ਏਕੇ ਨਾਲ ਬਿੰਦੀਆਂ ਨਾਲ ਜਿੰਨੀਆਂ ਬਿੰਦੀਆਂ ਹੁੰਦੀਆਂ ਉਹ ਡੈਸੀਮਲ ਉਨਾਂ ਹੱਥ ਸੱਜੇ ਹੱਥ ਚੱਲ ਪੈਂਦਾ ਹੈ ਠੀਕ ਹੈ ਦੈਸੀਮਲ ਬੇਟਾ ਦੂ ਹੱਥ ਇਧਰ ਨੂੰ ਚੱਲੂਗਾ ਇਹ ਬਣ ਜੂਗਾ ਇੱਥੇ ਆ ਜੂਗਾ ਡੈਸੀਮਲ ਤਾਂ ਇਹ ਉੱਤਰ ਆ ਜਾ ਇਧਰ ਉਹ ਜ਼ੀਰੋਆਂ ਖਤਮ ਹੋ ਜਾਣੀਆਂ ਤਾਂ 101% ਸਾਡਾ ਜਿਹੜਾ ਉੱਤਰ ਆ ਜਾਊਗਾ ਇਹ ਅੰਡਰਸਟੂਡ ਹੀ ਹੁੰਦਾ ਬੇਟਾ ਵੀ ਇੱਥੇ ਡੈਸੀਮਲ ਹੁੰਦਾ ਹੀ ਆ ਇਹ ਲੱਗਿਆ ਲੱਗਾ ਹੋਵੇ ਨਾ ਲੱਗਾ ਹੋਵੇ ਤਾਂ ਬੇਟਾ ਇਹ ਇੱਕ ਨੰਬਰ ਆਲਟਰਨੇਟਿਵ ਹੀ ਇਹਦਾ ਰਾਈਟ ਆਨਸਰ ਬਣਦਾ ਪਿਆ ਇਹਨੂੰ ਅਸੀਂ ਇਹਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਬੇਟਾ ਆ ਗਿਆ ਸਵਾਲ ਨੰਬਰ 20 ਕੀ ਕਹਿੰਦਾ ਪਿਆ 20 ਲੜਕਿਆਂ ਦੀ ਆਸਤ ਉਮਰ 12 ਸਾਲ ਹੈ 19 ਸਾਲ ਉਮਰ ਵਾਲਾ ਇੱਕ ਲੜਕਾ ਚਲਾ ਗਿਆ ਬਾਕੀ 7 ਲੜਕਿਆਂ ਦੀ ਆਸਤ ਉਮਰ ਕਿੰਨੀ ਹੈ ਤਾਂ 8 ਲੜਕਿਆਂ ਦੀ 8 ਲੜਕਿਆਂ ਦੀ ਕੁੱਲ ਉਮਰ ਕੁੱਲ ਉਮਰ ਬੇਟਾ 12 ਗੁਣਾ ਕਿਉਂਕਿ ਆਸਤ 12 ਆ ਆਸਤ ਨਾਲ ਗੁਣਾ ਕਰ ਦੇਣੇ 12 ਗੁਣਾ 8 ਬਰਾਬਰ 96 ਸਾਲ ਹੋਗੀ 12 ਗੁਣਾ 8 ਬਰਾਬਰ 96 ਸਾਲ ਠੀਕ ਹੈ ਬੇਟਾ 8 ਲੜਕੀਆਂ ਦੀ ਔਸਤ ਉਮਰ 96 ਸਾਲ ਹੋਗੀ ਤੇ ਇੱਕ 19 ਸਾਲ ਦਾ ਲड़का ਚਲਾ ਗਿਆ ਇੱਕ ਮਾਈਨਸ ਇੱਕ ਲੜਕੇ ਦੀ ਕੁੱਲ ਉਮਰ ਵੀ ਕਿੰਨਾ ਬੇਟਾ 19 ਸਾਲ ਵਾਲਾ ਬੱਚਾ ਚਲਾ ਗਿਆ ਠੀਕ ਹੈ ਉਹ ਵਿੱਚੋਂ ਆਪਾਂ ਘਟਾ ਦਿੰਨੇ ਆ ਤੇ ਜਦੋਂ ਆਪਾਂ ਘਟਾਉਨੇ ਆ 7 ਲੜਕੀਆਂ ਦੀ ਕੁੱਲ ਉਮਰ A 16 ਚ 9 ਗਏ 7 8ਾਂ ਚ 1 ਗਏ 7 77 ਸਾਲ 7 ਲੜਕੀਆਂ ਦੀ ਕੋਲ ਉਮਰ 77 ਸਾਲ ਆ ਗਈ ਤੇ 7 ਲੜਕੀਆਂ ਦੀ ਦੀ ਆਸਤ ਉਮਰ ਬਰਾਬਰ 77 7 ਆ 11 ਤਾਂ 11 ਬਰਾਬਰ 11 ਸਾਲ ਇਹ ਕੱਟ ਕੇ ਕਿੰਨਾ ਆ ਗਿਆ 11 ਬਰਾਬਰ 11 ਸਾਲ ਉੱਤਰ ਆ ਗਿਆ ਤਾਂ ਬੇਟਾ ਆਪਾਂ ਦੇਖਦੇ ਹਾਂ 2 ਨੰਬਰ ਦੇ ਉੱਤੇ 11 ਸਾਲ ਉੱਤਰ ਦਿੰਦਾ ਪਿਆ 2 ਨੰਬਰ ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਿੱਤਾ ਇਹਦੇ ਨਾਲ ਹੀ ਬੇਟਾ ਇਹਦੇ 20 ਸਵਾਲ ਕੰਪਲੀਟ ਹੋ ਗਏ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ